ਅਹਿਮਦੀਆ ਜਮਾਤ ਜਿਨ੍ਹਾਂ ਨੇ ਬੜਾ ਵੱਡਾ ਉਪਰਾਲਾ ਇੱਕ ਲਿਆ ਹੈ, ਧਿਆਨ ਨਾਲ ਦੇਖੀਏ ਅੱਜ ਸਾਡੇ ਅੰਦਰ ਸਾਰਿਆਂ ਅੰਦਰ ਵਿਤਕਰੇ ਪੈ ਚੁੱਕੇ ਨੇ ਔਰ ਅਸੀਂ ਜਾਣਾ ਇੱਕੇ ਹੀ ਜਗ੍ਹਾ 'ਤੇ ਹੈ। ਰਾਹ ਤਬਦੀਲ ਕੀਤੇ ਨੇ ਬੇਸ਼ੱਕ, ਪਰ ਅਸੀਂ ਆਪਣੀ ਮੰਜ਼ਿਲ ਨੂੰ ਵੀ ਭੁੱਲ ਚੁੱਕੇ ਹਾਂ। ਸੋ ਬੜਾ ਅੱਛਾ ਲੱਗਾ ਕਿ ਅਹਿਮਦੀਆ ਜਮਾਤ ਨੇ ਇੱਕ ਬੜਾ ਸੁੰਦਰ ਜਿਹਾ ਉਪਰਾਲਾ ਲਿਆ ਜਿਹਦੇ ਵਿੱਚ ਸਾਨੂੰ ਦੁਬਾਰਾ ਸਰਬ ਧਰਮ ਦੀ ਇੱਕ ਬੜੀ ਵੱਡੀ ਇਹਨਾਂ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ ਹੈ, ਇਹ ਬੜੀ ਸੁੰਦਰ ਸਿੱਖਿਆ ਹੈ ਕਿ ਅਸੀਂ ਸਾਰੇ ਇੱਕ ਹਾਂ। ਜੇ ਧਿਆਨ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਵੀ ਹੈ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਰਿਹਾ ਕੋਈ ਗੁਰਮੁਖ ਸੇਵਕ ਕੱਢੇ ਖੋਤ। ਗੁਰੂ ਜੀ ਸਮਝਾਉਂਦੇ ਨੇ ਕਿ ਜਿਹੜਾ ਸਾਡਾ ਸਰੀਰ ਹੈ ਇਹਦੇ ਸਵੱਭ ਨਾਲ ਸਾਰੇ ਧਰਮ ਹਨ। ਅਸੀਂ ਸਰੀਰ ਦੇ ਸਵੱਭ ਨਾਲ ਧਰਮ ਬਣਾ ਕੇ ਬੈਠੇ ਹਾਂ ਕਿ ਕੋਈ ਮੁਸਲਮਾਨ ਕਹਿੰਦਾ, ਕੋਈ ਹਿੰਦੂ ਕਹਿੰਦਾ, ਕੋਈ ਈਸਾਈ ਕਹਿੰਦਾ, ਕੋਈ ਸਿੱਖ ਕਹਿੰਦਾ, ਪਰ ਕਦੀ ਧਿਆਨ ਕਰਕੇ ਦੇਖਣਾ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਾਨੂੰ ਹਦਾਇਤ ਦਿੰਦੇ ਨੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਭ ਸਿੱਖਣ, ਸਿੱਖਣ ਕੌਣ ਹੈ? ਸਿੱਖਣ ਸਾਡੀ ਆਤਮਾ ਹੈ, ਸਾਡਾ ਮਨ ਹੈ ਜਿਹੜਾ ਸਿੱਖਣ ਆਇਆ ਹੈ। ਸਰੀਰ ਸਿੱਖਣ ਯੋਗ ਨਹੀਂ ਹੈ, ਮਨ ਸਿੱਖਣ ਯੋਗ ਹੈ। ਅਤੇ ਗੁਰੂ ਜੀ ਕਹਿੰਦੇ ਸਭ ਸਿੱਖਣ ਕੋ ਹੁਕਮ ਹੈ, ਕਹਿਣ ਤੋਂ ਭਾਵ ਕਿ ਸਾਡੀ ਜਿਹੜੀ ਆਤਮਾ ਉਹ ਸਿੱਖਣ ਯੋਗ ਹੈ, ਉਹਨੂੰ ਹੁਕਮ ਹੈ। ਕਹਿੰਦਾ ਭਾਵ ਕਿ ਜਿਹੜੀ ਆਤਮਾ ਹੈ ਉਹਨੂੰ ਇਹ ਹੁਕਮ ਲੱਗਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੇ। ਕਹਿਣ ਤੋਂ ਭਾਵ ਕੀ, ਅਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਸੇ ਵੀ ਧਰਮ ਨੂੰ ਵੱਖਰਾ ਨਹੀਂ ਕੀਤਾ ਗਿਆ। ਜੇ ਧਿਆਨ ਕਰੀਏ ਭਗਤ ਫਰੀਦ ਜੀ ਮੁਸਲਮਾਨ ਹੋਏ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਅਤੇ ਭਗਤ ਫਰੀਦ ਜੀ, ਭਗਤ ਕਬੀਰ ਜੀ ਹਰ ਧਰਮਾਂ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਸਾਨੂੰ ਵੱਖਰੇਵਾਂ ਨਹੀਂ ਕਰਦੇ, ਪਰ ਅਸੀਂ ਲੋਕ ਪੜ੍ਹਦੇ ਹਾਂ ਪਰ ਧਿਆਨ ਨਹੀਂ ਦਿੰਦੇ। ਗੁਰੂ ਜੀ ਲਿਖਦੇ ਨੇ, ਕਹਿੰਦੇ ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾ ਘਰੇ ਮਸੀਤ। ਅਸੀਂ ਗਿਆਨ ਤੋਂ ਸਿੱਖਣੇ ਹੀ ਕੁਰਾਨ, ਬਾਬਲ ਜਾਂ ਗੀਤਾ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀ ਜਾਂਦੇ ਹਾਂ, ਪਰ ਸਿੱਖਣੇ ਪੜ੍ਹੀ ਜਾਂਦੇ, ਗਿਆਨ ਹਾਸਿਲ ਨਹੀਂ ਕਰਦੇ। ਭੁੱਖੇ ਮੁੱਲਾ ਘਰੇ ਮਸੀਤ, ਹੁਣ ਧਿਆਨ ਕਰਨਾ, ਗੁਰੂ ਜੀ ਨੇ ਮੁੱਲਾ ਮੁਸਲਮਾਨ ਨੂੰ ਨਹੀਂ ਕਿਹਾ, ਮੁੱਲਾ ਸਾਡੇ ਮਨ ਨੂੰ ਕਿਹਾ, ਸਾਡੀ ਆਤਮਾ ਨੂੰ ਕਿਹਾ, ਅਤੇ ਘਰੇ ਮਸੀਤ ਕਿਹਨੂੰ ਕਿਹਾ? ਕਹਿੰਦੇ ਧਿਆਨ ਕਰੀਏ, ਮਸੀਤ ਤਾਂ ਪਾਵੇ ਨਹੀਂ ਕਿ ਗੁਰਦੁਆਰਾ ਲੱਗਣਾ ਅਤੇ ਮਸੀਤ ਅਲੱਗ ਚੀਜ਼ ਹੈ। ਮਸੀਤ ਕਿਹਨੂੰ ਕਿਹਾ? ਮੰਮੇ ਤੋਂ ਬੰਦਾ ਮਿਲਣਾ, ਸੀਤ ਤੋਂ ਬੰਦਾ ਸ਼ਾਂਤ ਹੋ ਜਾਣਾ, ਜਿੱਥੇ ਤੁਹਾਡੀ ਆਤਮਾ ਦਸੋਂ ਦੁਆਰ ਵਿੱਚ ਪਹੁੰਚ ਕੇ ਪਰਮਾਤਮਾ ਨੂੰ ਮਿਲਦੀ ਹੈ ਅਤੇ ਸ਼ਾਂਤ ਹੋ ਜਾਂਦੀ ਹੈ, ਉਸ ਜਗ੍ਹਾ ਨੂੰ ਮਸੀਤ ਕਿਹਾ? ਕਹਿੰਦਾ ਭਾਵ ਦਸੋਂ ਦੁਆਰ ਸਾਡੇ ਅੰਦਰ ਮਸੀਤ ਹੈ, ਜਿਹਦੇ ਅੰਦਰ ਅਸੀਂ ਉਸ ਪਰਮਾਤਮਾ ਨੂੰ ਮਿਲ ਕੇ ਜੰਮਣ ਮਨ ਤੋਂ ਰਹਿਤ ਹੋ ਸਕਦੇ, ਸ਼ਾਂਤ ਹੋ ਸਕਦੇ ਹਾਂ। ਪਰ ਗੁਰੂ ਪਿਆਰਿਓ, ਅਸੀਂ ਇਸ ਪਾਸੇ ਧਿਆਨ ਨਹੀਂ ਦਿੱਤਾ। ਸਾਨੂੰ ਬੜੀ ਖੁਸ਼ੀ ਹੈ ਕਿ ਦੇਖਿਆ ਜਾਏ ਅੱਜ ਅਸੀਂ ਵਾਦਾਂ ਵਿਵਾਦਾਂ ਵਿੱਚ ਪੈ ਗਏ, ਬਖੇੜਿਆਂ 'ਚ ਪੈ ਗਏ, ਅਸੀਂ ਧਰਮਾਂ ਨੂੰ ਵੱਖਰਾ ਵੱਖਰਾ ਗਿਣ ਲਿਆ, ਪਰ ਅਹਿਮਦੀਆ ਜਮਾਤ ਨੇ ਜਿਹੜਾ ਇਹ ਉਪਰਾਲਾ ਲਿਆ ਬੜਾ ਸੁੰਦਰ ਹੈ ਕਿ ਸਾਨੂੰ ਦੁਬਾਰਾ ਆਪਣੇ ਆਪ ਦੀ ਸੋਚ ਬਣਨ ਦਾ ਮੌਕਾ ਮਿਲਿਆ ਕਿ ਅਸੀਂ ਸਾਰੇ ਇੱਕ ਹਾਂ। ਔਰ ਇੱਕ ਸ ਪਿਤਾ ਇੱਕ ਸ ਕੇ ਹਮਬਾਰਕ, ਸਾਡਾ ਪਿਤਾ ਇੱਕ ਹੈ। ਬੇਸ਼ੱਕ ਅੱਜ ਅਸੀਂ ਵੱਖਰੇ ਵੱਖਰੇ ਹੋ ਗਏ, ਪਰ ਗੁਰੂ ਪਿਆਰਿਓ ਯਾਦ ਕਰਿਓ, ਕਦੀ ਜਦੋਂ ਇਨਸਾਨ ਪੈਦਾ ਹੋਏ, ਅੱਜ ਅਸੀਂ ਕਹਿੰਦੇ ਹਾਂ ਉਹ ਮੁਸਲਮਾਨ ਤੁਰਿਆ ਆਉਂਦਾ, ਉਹ ਸਿੱਖ ਤੁਰਿਆ ਆਉਂਦਾ, ਈਸਾਈ ਤੁਰਿਆ ਆਉਂਦਾ, ਉਹ ਹਿੰਦੂ ਤੁਰਿਆ ਆਉਂਦਾ, ਪਰ ਜਦੋਂ ਇਹ ਸ੍ਰਿਸ਼ਟੀ ਸ਼ੁਰੂ ਹੋਈ ਉੱਧਰ ਕੋਈ ਕਿਸੇ ਨੂੰ ਕੁਛ ਨਹੀਂ ਸੀ ਕਹਿੰਦਾ, ਕਿੱਦਾਂ ਆਵਾਜ਼ ਮਾਰਦੇ ਸਾਂ ਉਹ ਇਨਸਾਨ ਤੁਰਿਆ ਆਉਂਦਾ? ਕਦੀ ਕਿਸੇ ਨੇ ਕਿਹਾ ਸੀ ਮੁਸਲਮਾਨ ਤੁਰਿਆ ਆਉਂਦਾ? ਅਸੀਂ ਕਿਸੇ ਨੇ ਕਿਹਾ ਸੀ ਹਿੰਦੂ ਤੁਰਿਆ ਆਉਂਦਾ? ਸਭ ਇਨਸਾਨ ਤੁਰਿਆ ਆਉਂਦਾ, ਪਰ ਅੱਜ ਅਸੀਂ ਵੱਖਰੇ ਵੱਖਰੇ ਮੰਨ ਲਏ। ਜੇ ਧਿਆਨ ਕਰੀਏ ਮੁਹੰਮਦ ਸ਼ਾਹ ਜੀ ਨੇ ਜਿਹੜਾ ਨਿਸ਼ਾਨ ਚੁਣਿਆ, ਆਪਾਂ ਲੋਕਾਂ ਨੇ ਉਹਨੂੰ ਵੱਖਰਾ ਮੰਨਿਆ ਕਿ ਇਹ ਮੁਸਲਮਾਨਾਂ ਦਾ ਨਿਸ਼ਾਨ ਹੈ, ਪਰ ਧਿਆਨ ਕਰਨਾ ਉਸ ਨਿਸ਼ਾਨ ਦੀ ਅਹਿਮੀਅਤ ਕੀ ਹੈ, ਉਸ ਨਿਸ਼ਾਨ ਦੀ ਅਹਿਮੀਅਤ ਕੀ ਹੈ?
ਮੁਹੰਮਦ ਸ਼ਾਹ ਨੇ ਨਿਸ਼ਾਨ ਚੁਣਿਆ ਚੜ੍ਹਦਾ ਚੰਦਰਮਾ ਉੱਪਰ ਤਾਰਾ, ਉਹਦਾ ਮਤਲਬ ਕੀ ਹੈ? ਆਪਾਂ ਕਹਿੰਦੇ ਮੁਸਲਮਾਨਾਂ ਦਾ ਨਿਸ਼ਾਨ ਹੈ, ਨਹੀਂ, ਇਹੋ ਜਿਹਾ ਕੁਛ ਨਹੀਂ ਹੈ, ਉਹ ਇਨਸਾਨੀਅਤ ਦਾ ਨਿਸ਼ਾਨ ਹੈ। ਕਿਸ ਤਰ੍ਹਾਂ ਚੜ੍ਹਦਾ ਚੰਦਰਮਾ, ਉਹਦੀ ਲਾਈਫ ਬਹੁਤ ਥੋੜ੍ਹੀ ਹੈ, ਘੰਟਾ ਡੇਢ ਘੰਟਾ ਉਹਦੀ ਲਾਈਫ ਹੈ, ਘੰਟੇ ਡੇਢ ਘੰਟੇ ਬਾਅਦ ਉਹ ਅਲੋਪ ਹੋ ਜਾਂਦਾ, ਪਰ ਜਿੰਨਾ ਚਿਰ ਉਹ ਚੰਦਰਮਾ ਰਹਿੰਦਾ ਉਹਦੇ ਵਿੱਚ ਪ੍ਰਕਾਸ਼ ਹੁੰਦਾ। ਚੰਦਰਮਾ ਅਲੋਪ ਹੋ ਜਾਂਦਾ ਪਰ ਤਾਰਾ ਸਾਰੀ ਰਾਤ ਜਲਦਾ, ਉਹ ਹਮੇਸ਼ਾ ਜਲਦਾ ਰਹਿੰਦਾ। ਅਤੇ ਮੁਹੰਮਦ ਸ਼ਾਹ ਜੀ ਕਹਿਣ ਲੱਗੇ, ਹੇ ਇਨਸਾਨ, ਉਹਨਾਂ ਨੇ ਹੇ ਮੁਸਲਮਾਨ ਨਹੀਂ ਕਿਹਾ, ਕਹਿਣ ਲੱਗੇ ਹੇ ਇਨਸਾਨ, ਤੇਰੀ ਜ਼ਿੰਦਗੀ ਚੜ੍ਹਦੇ ਚੰਦਰਮਾ ਵਰਗੀ ਹੈ, ਜਿੰਨਾ ਚਿਰ ਤੇਰੀ ਜ਼ਿੰਦਗੀ ਹੈ ਉਹਦੇ ਅੰਦਰ ਪ੍ਰਕਾਸ਼ ਹੈ, ਕਰ ਕੋਸ਼ਿਸ਼ ਇਸ ਚੰਦਰਮਾ ਦੀ ਪ੍ਰਕਾਸ਼ ਦੀ ਰੋਸ਼ਨੀ ਦੇ ਨਿਆਈ ਇਸ ਸਰੀਰ ਵਿੱਚ ਰਹਿੰਦਿਆਂ ਕੀ ਕਰ, ਤਾਰੇ ਵਰਗਾ ਹੋ ਜਾ, ਇਹ ਸਰੀਰ ਬੁੱਝ ਜਾਏਗਾ, ਪਰ ਜੇ ਤੂੰ ਤਾਰੇ ਵਰਗਾ ਹੋ ਗਿਆ ਹਮੇਸ਼ਾ ਜਲਦਾ ਰਹੇਗਾ। ਪਰ ਆਪਾਂ ਇਸ ਵਿਚਾਰ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਸਾਨੂੰ ਖੁਸ਼ੀ ਹੈ ਕਿ ਅਗਰ ਆਪਾਂ ਇਹ ਉਪਰਾਲੇ ਲਏ ਨੇ, ਅਤੇ ਗੁਰੂ ਪਿਆਰਿਓ ਇਹ ਉਪਰਾਲੇ ਇੱਦਾਂ ਨਹੀਂ ਹੋਣੇ ਚਾਹੀਦੇ ਕਿ ਅੱਜ ਆਪਾਂ ਇਕੱਤਰ ਹੋਏ ਹਾਂ, ਇੱਥੋਂ ਉੱਠੇ ਹਾਂ, ਆਪਾਂ ਬਾਹਰ ਜਾ ਕੇ ਇੱਥੇ ਏਕਤਾ ਦਾ ਨਾਰਾ ਲਾਉਂਦੇ ਪਏ ਹਾਂ, ਪਰ ਬਾਹਰ ਜਾ ਕੇ ਅਸੀਂ ਫਿਰ ਉਸੇ ਰੂਪ 'ਚ ਆ ਜਾਂਦੇ ਹਾਂ। ਇੱਦਾਂ ਨਹੀਂ ਹੋਣਾ ਚਾਹੀਦਾ। ਅਗਰ ਅੱਜ ਅਸੀਂ ਇੱਥੇ ਬੈਠੇ ਹਾਂ ਇੱਕ ਰੂਪ ਵਿੱਚ ਬੈਠੇ ਹਾਂ ਕਿ ਅਸੀਂ ਇਸ ਰੂਪ 'ਚ ਪਛਾਣਦੇ ਪਏ ਹਾਂ ਕਿ ਜਿਵੇਂ ਅੱਲਾਹ ਤਾਲਾ ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਦਾ ਰੂਪ ਬਣ ਕੇ ਬੈਠੀ ਹੈ। ਜੇ ਧਿਆਨ ਕਰੀਏ, ਘੱਟ ਘੱਟ ਮੈਂ ਹਰ ਜੂ ਬੱਸੇ ਸੰਤਨ ਕਿਉਂ ਪਕਾਰ, ਹਰ ਸੰਤ ਕਹਿੰਦੇ ਨੇ ਕਿ ਹਰ ਸਰੀਰ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ, ਪਰ ਕਦੀ ਗੌਰ ਕੀਤੀ? ਆਪਾਂ ਇੱਥੇ ਸਾਰੇ ਸੁਣਦੇ ਪਏ ਹਾਂ ਪਰਮਾਤਮਾ ਦਾ ਵਾਸਾ ਹੈ, ਸਾਰੇ ਸੁਣਦੇ ਪਏ, ਧਰਮ ਇੱਕ ਹੈ, ਸਾਰੇ ਸੁਣਦੇ ਪਏ ਹਾਂ, ਸਰੀਰ ਤੋਂ ਅਸੀਂ ਇਨਸਾਨ ਹਾਂ, ਅਸੀਂ ਬਣ ਗਏ ਮੁਸਲਮਾਨ, ਅਸੀਂ ਬਣ ਗਏ ਸਿੱਖ, ਅਸੀਂ ਬਣ ਗਏ ਈਸਾਈ, ਅਸੀਂ ਬਣ ਗਏ ਹਿੰਦੂ, ਪਰ ਹੈ ਇੱਕ, ਪਰ ਇੱਥੇ ਬੈਠਿਆ ਇੱਕ ਆ, ਇੱਥੋਂ ਉੱਠ ਕੇ ਬਾਹਰ ਜਾਵਾਂਗੇ ਸਾਡੇ ਮਨ ਦੇ ਅੰਦਰ ਇਹ ਵਿਚਾਰ ਭੁੱਲ ਜਾਣਗੇ, ਅਸੀਂ ਫਿਰ ਜੁਦਾ ਜੁਦਾ ਹੋ ਜਾਵਾਂਗੇ। ਨਹੀਂ, ਜਦੋਂ ਵੀ ਕਿਸੇ ਜਲਸੇ ਵਿੱਚ ਜਾਂ ਜਦੋਂ ਵੀ ਕਿਸੇ ਇਕੱਠ ਵਿੱਚ ਬਹਿੰਦੇ ਹਾਂ ਅਤੇ ਜਿਹਦੀ ਗੱਲ ਕਰਦੇ ਹਾਂ ਉਹਨੂੰ ਭੁੱਲਣਾ ਨਹੀਂ। ਤਾਂ ਹੀ ਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ, ਜਦੋਂ ਪਰਮਾਤਮਾ ਨੂੰ ਭੁੱਲ ਜਾਂਦੇ ਸਾਨੂੰ ਫਿਰ ਰੋਗ ਲੱਗਣ ਲੱਗ ਪੈਂਦੇ। ਸੋ ਤੁਹਾਡਿਆਂ ਚਰਨਾਂ 'ਚ ਬੇਨਤੀ ਹੈ ਕਿ ਜੇ ਆਪਾਂ ਜਿਹੜਾ ਪੈਗਾਮ ਇੱਥੇ ਹਾਸਲ ਕੀਤਾ, ਸਾਰੇ ਧਰਮਾਂ ਦੇ ਅੱਜ ਇੱਥੇ ਪੈਗੰਬਰ ਇਕੱਠੇ ਹੋਏ, ਆਪ ਜੀ ਨੂੰ ਇੱਕੋ ਹੀ ਸੰਦੇਸ਼ ਦਿੱਤਾ ਸਾਰਿਆਂ ਨੇ, ਆਪਾਂ ਜਦੋਂ ਤੋਂ ਸੁਣਦੇ ਪਏ ਹਾਂ ਕਿਸੇ ਨੇ ਕਿਹਾ ਕਿ ਅਸੀਂ ਵੱਖਰੇ ਹਾਂ, ਸਾਰਿਆਂ ਨੇ ਕਿਹਾ ਅਸੀਂ ਇੱਕ ਹਾਂ, ਪਰ ਗੱਲ ਤਾਂ ਵੱਡੀ ਇਹ ਹੈ ਕਿ ਸੁਣ ਸਾਰਿਆਂ ਕੋਲ ਲਿਆ ਔਰ ਤੁਸੀਂ ਨਾਰੇ ਲਾਏ। ਨਾਰੇ ਲਾਉਣ ਦਾ ਮਤਲਬ ਕੀ ਹੁੰਦਾ? ਕਿ ਜਿਹੜਾ ਬੁਲਾਰਾ ਕੋਈ ਗੱਲ ਕਹਿ ਰਿਹਾ ਸੀ ਉਹਨੂੰ ਸਵੀਕਾਰ ਕਰਦੇ ਹਾਂ ਕਿ ਜੋ ਕਹਿ ਰਿਹਾ ਸੱਚ ਕਹਿ ਰਿਹਾ, ਪਰ ਨਾਰਾ ਲਾ ਲਿਆ ਪਰ ਉੱਥੇ ਜਾ ਕੇ ਫਿਰ ਨਾਰਾ ਭੁੱਲ ਗਏ, ਸਵੀਕਾਰ ਨਹੀਂ ਕੀਤਾ, ਉਸ ਨਾਰੇ ਦਾ ਵੀ ਕੀ ਫਾਇਦਾ? ਨਾਰੇ ਦਾ ਮਤਲਬ ਹੈ ਕਿ ਜੋ ਬੁਲਾਰਾ ਬੋਲਦਾ ਸੀ ਦੀ ਗੱਲ ਨੂੰ ਸਵੀਕਾਰ ਕਰਦੇ ਹਾਂ ਕਿ ਵਾਕਈ ਅਸੀਂ ਇੱਕ ਮੇ ਕਹਾਂ, ਇੱਕ ਹੀ ਪਰਮਾਤਮਾ ਦੇ ਬਣਾਏ ਹੋਏ ਹਾਂ, ਇੱਕ ਹੀ ਅੱਲਾਹ ਤਾਲਾ ਦੇ ਬਣਾਏ ਹੋਏ ਹਾਂ ਔਰ ਇੱਕ ਵਿੱਚ ਹੀ ਮਿਲਣਾ। ਹੁਣ ਦੇਖੋ ਕਾਦੀਆਂ ਆਏ ਹੋ, ਕੋਈ ਪਾਕਿਸਤਾਨ ਤੋਂ ਆਇਆ, ਕੋਈ ਪਾਕਿਸਤਾਨ ਤੋਂ ਆਇਆ, ਕੋਈ ਕਿਸੇ ਹੋਰ ਕੰਟਰੀ ਤੋਂ ਆਇਆ, ਪਰ ਪਹੁੰਚੇ ਕਾਦੀਆਂ ਦੇ ਵਿੱਚ ਹੀ ਹੈ। ਅਤੇ ਸੋ ਧਿਆਨ ਕਰਨਾ ਕਿ ਜਾਈਏ ਜਿੱਧਰ ਦੀ ਮਰਜ਼ੀ ਪਰ ਪਹੁੰਚਣਾ ਅੱਲਾਹ ਤਾਲਾ ਦੇ ਕੋਲ ਹੀ ਹੈ, ਪਰਮਾਤਮਾ ਦੇ ਕੋਲ ਹੀ ਹੈ। ਸੋ ਆਓ ਇੱਥੇ ਸਮਾਪਤੀ ਕਰਦਾ ਹੋਏ ਫਤਿਹ ਕਰ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।